ਕਰੀਆ ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇੱਕ ਹੀ ਪਰਿਵਾਰ ਦੀਆਂ ਪੰਜ ਧੀਆਂ ਨੇ ਕਰਤਾ ਇਹ ਵੱਡਾ ਕਾਰਨਾਮਾ ਸਾਰੇ ਪਾਸੇ ਹੋ ਗਈ ਚਰਚਾ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਇੱਕ ਪਰਿਵਾਰ ਦੀਆਂ ਪੰਜ ਧੀਆਂ ਦੇ ਵੱਲੋਂ ਵੱਡਾ ਕਾਰਨਾਮਾ ਕੀਤਾ ਗਿਆ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਗਈਆਂ ਉਹਨਾਂ ਮਾਪਿਆਂ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੁੰਦੀ ਆ ਜਿਨ੍ਹਾਂ ਦੀਆਂ ਧੀਆਂ ਆਪਣੀ ਹਿੰਮਤ ਮਿਹਨਤ ਸਦਕਾ ਮੰਜਲਾ ਨੂੰ ਸਰ ਕਰ ਜਾਂਦੀਆਂ ਨੇ ਅਜਿਹੀ ਖਬਰ ਸਾਹਮਣੇ ਆਈ ਹੈ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਤੋਂ ਰਾਵਤਸਰ ਪਿੰਡ ਤੋਂ ਜਿੱਥੇ ਇਸ ਪਰਿਵਾਰ ਦੇ ਵਿੱਚ ਪੰਜ ਧੀਆਂ ਦਾ ਪਾਲਨ ਪੋਸ਼ਣ ਪਿਤਾ ਵੱਲੋਂ ਬਹੁਤ ਵਧੀਆ ਢੰਗ ਨਾਲ ਕੀਤਾ ਗਿਆ ਪਹਿਲਾਂ ਤੁਹਾਨੂੰ ਪੰਜ ਧੀਆਂ ਦੀ ਤਸਵੀਰ ਦਿਖਾ ਦਿੰਨੇ ਹਾਂ ਜੀ ਤੁਸੀਂ ਦੇਖ ਸਕਦੇ ਹੋ ਪੰਜ ਪੈਣਾ ਨੇ ਪੰਜ ਧੀਆਂ ਨੇ ਇੱਕੋ ਪਰਿਵਾਰ ਦੀਆਂ ਧੀਆਂ ਨੇ ਇੱਕੋ ਪਿਓ ਦੀਆਂ ਇਹ ਪੰਜ ਧੀਆਂ ਨੇ ਜਿਨ੍ਹਾਂ ਦਾ ਪਿਓ ਦੇ ਵੱਲੋਂ ਪਾਲਣ ਪੋਸ਼ਣ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਇਸ ਤਰ੍ਹਾਂ ਹੀ ਤਿੰਨ ਭੈਣਾਂ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਮੁਕੰਮਲ ਕਰਨ ਦੇ ਉਪਰੰਤ ਅੱਜ ਇੱਕ ਵੱਖਰਾ ਸਿਰਜ ਦਿੱਤਾ ਇਤਿਹਾਸ ਇਹਨਾਂ ਤਿੰਨ ਭੈਣਾਂ ਨੇ ਇਕੱਠੇ ਸਰਕਾਰੀ ਸਕੂਲਾਂ ਵਿੱਚੋਂ 5ਵੀਂ ਤੱਕ ਦੀ ਪੜ੍ਹਾਈ ਕੀਤੀ ਉੱਥੇ ਹੀ ਇਹਨਾਂ ਤਿੰਨ ਸਖੀਆਂ ਭੈਣਾਂ ਨੇ ਇਕੱਠੇ ਆਰਐਸ ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਇਹਨਾਂ ਦੀ ਸਾਝ ਚਰਚਾ ਜ਼ਿਲ੍ਹੇ ਦੇ ਅੰਦਰ ਸੂਬੇ ਦੇ ਅੰਦਰ ਹੋ ਰਹੀਆਂ ਲੜਕੀਆਂ ਦੇ ਪਿਤਾ ਨੇ ਦੱਸਿਆ ਕਿ ਇੱਕ ਸਾਧਾਰਨ ਕਿਸਾਨ ਹਨ ਤੇ ਉਹਨਾਂ ਦੀਆਂ 5 ਧੀਆਂ ਹਨ ਜਿਨ੍ਹਾਂ ਵਿੱਚੋਂ 2 ਧੀਆਂ ਰੋਮਾ ਤੇ ਮੰਜੂ ਪਹਿਲਾਂ ਹੀ આરਐਸ ਵਿੱਚ ਭਰਤੀ ਹੋ ਚੁੱਕੀਆਂ ਨੇ ਉੱਥੇ ਹੀ ਉਹਨਾਂ ਦੀਆਂ ਛੋਟੀਆਂ ਧੀਆਂ ਅੰਚੂ, ਸੋਮਣ ਅਤੇ ਰਿਤੂ ਵੀ આરਐਸ ਦੀ ਚੋਣ ਹੋਈ ਹੈ ਜਿੱਥੇ ਜੈਪੁਰ ਤੋਂ ਸਾਰਾ ਪਰਿਵਾਰ ਹਨੂਮਾਨਗੜ੍ਹ ਪਹੁੰਚੇਗਾ ਤੇ ਉਹਨਾਂ ਦਾ ਨਿੱਕਾ ਸਵਾਗਤ ਕੀਤਾ ਜਾਵੇਗਾ ਪੁੱਤਰਾਂ ਦੀ ਤਾਂਗ ਰੱਖਣ ਵਾਲੇ ਮਾਪਿਆਂ ਨੂੰ ਇਨ੍ਹਾਂ ਮਾਪਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਜਿਨ੍ਹਾਂ ਦੀਆਂ ਤਿੰਿਆਂ ਵੱਲੋਂ ਇੱਕ ਛੋਟੇ ਪਿੰਡ ਦੇ ਵਿੱਚ ਰਹਿ ਕੇ ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਜਿਨ੍ਹਾਂ ਦੇ ਉੱਪਰ ਸਾਰੇ ਦੇਸ਼ ਨੂੰ ਮਾਣ ਹੋ ਰਿਹਾ ਮੰਜੂ 2012 ਦੇ ਵਿੱਚ ਰਾਜ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਸਹਿਕਾਰੀ ਵਿਭਾਗ ਚ ਸ਼ਾਮਲ ਹੋਈ ਸੀ ਰੋਮਾ ਦੀ ਚੋਣ 2011 ਦੇ ਵਿੱਚ ਹੋ ਚੁੱਕੀ ਆ ਤੇ ਹੁਣ ਰਹਿੰਦੀਆਂ ਤਿੰਨ 3ੀਆਂ ਦੀ ਚੋਣ ਵੀ ਹੋਗੀ ਆ ਧੰਨਵਾਦ